ਪੰਚਾਇਤੀ ਪ੍ਰਧਾਨਗੀ ਦੀ ਚੋਣ ਦਾ ਰੇਡਕਾ ਆਖਿਰਕਾਰ ਖਤਮ ਹੋ ਗਿਆ ਜਿਸ ਵਿੱਚ ਲਵ ਕੁਮਾਰ ਗੋਲਡੀ ਦੇ ਤੜੇ ਨਾਲ ਸੰਬੰਧਿਤ ਬੀਬੀ ਰਣਜੀਤ ਕੌਰ ਮਾਹਿਲਪੁਰ ਨਗਰ ਪੰਚਾਇਤ ਦੀ ਕੁਰਸੀ ਤੇ ਕਾਬਜ ਹੋ ਗਏ ਅਤੇ ਉਪ ਪ੍ਰਧਾਨਗੀ ਵਿੱਚ ਅਕਾਲੀ ਦਲ ਦੇ ਕੌਂਸਲਰ ਜਗਦੀਪ ਬਾਜੀ ਮਾਰ ਗਏ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਅੱਜ ਬਹੁਤ ਹੀ ਪੀਸਫੁਲ ਅਤੇ ਕਨਸਟੀਟਿਊਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਇਦੇ ਕਾਨੂੰਨ ਮੁਤਾਬਕ ਸੰਪੰਨ ਹੋਈ ਹੈ ਕੋਈ ਵੀ ਨੁਕਸੇ ਅਮਨ ਦਾ ਨਗਰ ਪੰਚਾਇਤ ਦੇ ਦਫ਼ਤਰ ਦੇ ਅੰਦਰ ਅਤੇ ਬਾਹਰ ਬਿਲਕੁਲ ਸ਼ਾਂਤੀਪੂਰਨ ਰਿਹਾ ਮਾਹੌਲ ਮੈਂ ਧੰਨਵਾਦੀ ਹਾਂ ਪੁਲਿਸ ਪ੍ਰਸ਼ਾਸਨ ਦਾ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਇਸ ਇਲੈਕਸ਼ਨ ਦੌਰਾਨ 13 ਦੇ 13 ਮਿਊਂਸੀਪਲ ਐਮ ਸੀ ਸਾਹਿਬਾਨ ਅਤੇ ਐਮ ਐਲ ਏ ਗੜਸ਼ੰਕਰ ਹਾਜ਼ਰ ਸੀ ਔਰ ਸ਼ੋਅ ਆਫ ਹੈਂਡ ਦੇ ਨਾਲ ਵੋਟਿੰਗ ਕਰਵਾਈ ਗਈ ਐਜ਼ ਪਰ ਰੂਲਸ ਅਤੇ ਅਗੇਨ ਵਾਂਸ ਅਗੇਨ ਆਈ ਐਮ ਗਰੇਟਫੁਲ ਐਂਡ ਥੈਂਕਫੁਲ ਟੂ ਦਾ ਪੀਪਲ ਆਫ ਮਾਲਪੁਰ ਐਂਡ ਐਮ ਸੀਜ਼ ਆਫ ਮਾਲਪੁਰ ਫੋਰ ਗਿਵਿੰਗ ਮੀ ਕੋਆਪਰੇਸ਼ਨ ਥੈਂਕ ਯੂ ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਅਜਨੋ